सब तो पहला तो मैं तो सारे जी आया कि धनवाद करना कि तुम जो भी कोई इशू हों उदो टाइम कड़ते हो खास करके एजुकेशन की गल हुई है ते वैसे तो मैं इदा के बहुते झमेले च सच्ची गल है पैदा नहीं है क्योंकि उन्होंने लोगों फिर जरूर कहना पैदा जे लोग सिर्फ पबलिसिटी वाला एंगल ही देखते हैं ਮਿਊਨਿਸਪੈਲਿਟੀ ਚਲਾ ਰਹੇ ਰਿਐਲਿਟੀ ਇਹ ਹੈ ਤੇ ਉਹਨੂੰ ਕੰਪੇਅਰ ਇੱਕ ਸੂਬੇ ਨਾਲ ਕਰਨਾ ਔਰ ਸੂਬਾ ਵੀ ਉਹੋ ਜਿਹਾ ਜਿਹਦੇ ਵਿੱਚ ਕਿਉਂਕਿ ਬਾਰਡਰ ਏਰੀਆ ਬਹੁਤ ਹੈ ਕੰਪ੍ਰਾਈਜ਼ਸ ਆਫ ਵਿਲੇਜਸ ਹੈ ਚਾਚਾ ਫ੍ਰੇਮ ਹੈ ਔਰ ਫਿਰ ਮੈਂ ਇਹ ਸਮਝਦਾ ਕਿ ਇੱਕ ਦਸਾਂ ਸਕੂਲਾਂ ਦਾ ਸਾਰੇ ਪੈਸੇ ਖਰਚ ਕਰਕੇ ਤੇ ਉਹਦੇ ਤੇ ਇਨਫਰਾਸਟ੍ਰਕਚਰ ਬਣਾ ਕੇ ਤੇ ਉਹਨੂੰ ਪਬਲਿਸਾਈਜ਼ ਕਰਕੇ ਇੱਕ ਗੱਲ ਜ਼ਰੂਰ ਮੈਂ ਸਮਝਦਾ ਕਿ ਜਿਹੜੀ ਪਬਲਿਸਿਟੀ ਆ ਸਾਡੇ ਖੇੜਾ ਸਾਹਿਬ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿਉਂਕਿ 22 crore ਤੋਂ 600 crore ਤੇ ਪਬਲਿਸਿਟੀ ਵਾਲਾ ਜ਼ਰੂਰ ਐਂਗਲ ਉਹਨਾਂ ਨੇ ਕਵਰ ਕਰ ਲਿਆ ਲੇਕਿਨ ਕਦੀ ਇਹ ਨਹੀਂ ਸੋਚਿਆ ਕਿ 19,000 ਸਕੂਲ ਦਾ ਜਿਹੜਾ ਦੇ ਨਾਲ ਜਿਹੜਾ ਕੰਪੈਰੀਜ਼ਨ ਕੀਤਾ ਨਹੀਂ ਜਾ ਸਕਦਾ ਹਾਂ ਜੇ ਕਰਨਾ ਹੀ ਆ ਤਾਂ ਮੈਂ ਅੱਛਾ ਇਹ ਨਹੀਂ ਪਤਾ ਲੱਗਿਆ ਮੈਨੂੰ ਦਿੱਲੀ ਦੀ ਸਾਰੀ ਸਰਕਾਰ ਹੀ ਇਸ ਕੰਮ ਤੇ ਲੱਗ ਗਈ ਅੱਛਾ ਕੇਜਰੀਵਾਲ ਜੀ ਵੀ ਸਿਸੋਦੀਆ ਜੀ ਵੀ ਕਿਉਂਕਿ ਸਿਆਣੇ ਬੰਦੇ ਆ ਮੈਂ ਤਾਂ ਪੋਲੀਟੀਕਲ ਸਿਸਟਮ 'ਚ ਬਹੁਤਾ ਇਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਸਰਕਮਸਟਾਂਸਿਸ ਤੇ ਸਾਡੇ ਸਰਕਮਸਟਾਂਸਿਸ ਦੇ ਵਿੱਚ ਫਰਕ ਆ ਅੱਛਾ ਉਹ ਹਮੇਸ਼ਾ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕਰ ਲੈਂਦੇ ਆ ਵੀ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕੀਤਾ ਨਹੀਂ ਜਾ ਸਕਦਾ ਜੋ ਪੰਜਾਬ ਦੇ ਵਿੱਚ ਆ ਅੱਛਾ ਜੇ ਕਰਨਾ ਹੀ ਆ ਤਾਂ ਮੈਂ ਕਹਿੰਦਾ ਫਿਰ ਸਾਡਾ 250 school ਅਸੀਂ ਕਰ ਲੈਂਦੇ ਆ ਜੋ ਜਿਹੜੇ ਨੇ ਵੀ ਕਿਸੇ ਨੇ ਆਉਣਾ ਅੱਛਾ ਜਿਹੜਾ PGI ਇੰਡੈਕਸ ਹੈ ਉਹਦੇ ਮੁਤਾਬਕ ਆ ਲੇਟੈਸਟ ਸਰਵੇ ਜਿਹੜਾ ਆਇਆ ਅੱਛਾ ਇਹ ਤਾਂ ਉਹਨੂੰ ਪੁਰਾਣੇ ਨੂੰ ਯੂਜ਼ ਕਰ ਕਰਕੇ ਕਿਉਂਕਿ 10 schools ਦੀਆਂ ਫੋਟੋਆਂ ਪਾ ਪਾ ਕੇ ਅੱਛਾ ਜੇ ਮੈਂ ਕਹਿੰਦਾ ਫਿਰ ਜੇ ਪੋਲੀਟੀਕਲ ਐਂਗਲ ਨੂੰ ਅੱਛਾ ਇਹ ਬਈ ਇਹਨਾਂ ਦੇ ਸਰਦਾਰ ਫੂਲਕਾ ਜੀ ਜਿਹੜੇ LOP ਦੇ ਲੀਡਰ ਆਫ ਓਪੋਜੀਸ਼ਨ ਸੀ ਉਹਨਾਂ ਨੇ ਹੁਣ ਤਾਂ ਫਲੋਰ ਆਫ ਦਾ ਹਾਊਸ ਇਹ ਕਿਹਾ ਕਿ ਹਾਂ ਬਈ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਜਦੋਂ ਅਸੀਂ 1 number ਤੇ ਆਏ ਤੇ ਇਹਨਾਂ ਦੇ ਬਾਕੀ ਹੋਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਅੱਛਾ ਇਹ 4.5 saal ਕਿੱਥੇ ਸੀ ਮੈਨੂੰ ਲੱਗਦਾ ਇਹਨਾਂ ਦੇ ਕਦੀ MLA ਵੀ ਸਕੂਲਾਂ 'ਚ ਗਏ ਨਹੀਂ ਹੋਣੇ ਕਿਤੇ ਦੇਖਿਆ ਤੱਕ ਵੀ ਨਹੀਂ ਹੋਣਾ ਲੇਕਿਨ ਅਨਫੋਰਚੂਨੇਟਲੀ ਅੱਛਾ ਜੇ ਕਰਨਾ ਹੀ ਆ ਕੰਪੇਅਰ ਤੇ ਆਪਾਂ ਇਨਫਰਾਸਟ੍ਰਕਚਰ ਦਾ ਤੇ ਸਮਾਰਟ ਕਲਾਸਿਸ ਦਾ ਅੱਛਾ ਸਾਡਾ ਜਿਹੜਾ ਬਾਰਡਰ ਏਰੀਆ ਉਹਦਾ ਤੇ ਜੇ ਅਧਿਆਪਕਾਂ ਦੀ ਭਰਤੀ ਦਾ ਉਹਦਾ ਡਾਟਾ ਅੱਛਾ ਮੈਂ ਤੁਹਾਡੇ ਨਾਲ ਇਨਫੈਕਟ ਹੋਰ ਡਾਟਾ ਵੀ ਸ਼ੇਅਰ ਕਰ ਸਕਦਾ ਜੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੰਪੈਰੀਜ਼ਨ ਕਰਨਾ ਸਾਡੀ ਇਹਨਾਂ ਦੇ 2767 ਸਕੂਲ ਆ ਸਾਡੇ 19,370 ਸਕੂਲ ਆ ਔਰ ਇਹਨਾਂ ਦਾ ਡਰੌਪ ਆਊਟ ਰੇਟ ਜਿਹੜਾ ਸਾਡੇ ਪੰਜਾਬ ਦੇ ਵਿੱਚ ਅਪਰ ਪ੍ਰਾਇਮਰੀ ਦੇ ਵਿੱਚ ਬਿਲਕੁਲ 0% ਡਰੌਪ ਆਊਟ ਰੇਟ ਆ ਜਦਕਿ ਇਹਨਾਂ ਦਾ 0.2% ਆ ਔਰ ਇਦੋਂ ਵੀ ਜਿਹੜਾ ਖਾਸ ਕਰਕੇ ਇਹ ਜਿਹੜੇ ਟੀਚਰਸ ਦੀ ਗੱਲ ਕਰਦੇ ਆ ਦਿੱਲੀ ਦੇ ਵਿੱਚ ਜਿਹੜੀ ਬੱਚੇ ਦੀ ਔਰ ਟੀਚਰ ਦੀ ਰੇਸ਼ੋ ਆ ਉਹ ਦਿੱਲੀ ਦੇ ਵਿੱਚ 32.27% ਹੈ ਜਦਕਿ ਪੰਜਾਬ ਦੇ ਵਿੱਚ 25% ਹੈ ਔਰ ਇਸੇ ਤਰ੍ਹਾਂ ਇਹ ਪ੍ਰਾਇਮਰੀ ਦੀ ਆ ਇਸੇ ਤਰ੍ਹਾਂ ਸੈਕੰਡਰੀ ਦੀ ਆ ਇਸੇ ਤਰ੍ਹਾਂ ਹਰ ਸੈਕੰਡਰੀ ਦੀ ਆ ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਇਹਨੂੰ ਮੈਂ ਕਹਿੰਦਾ ਫਿਰ ਆਪਾਂ ਹੋਰ ਤਰ੍ਹਾਂ ਦੇਖ ਲਈਏ ਜਿੰਨੇ NRI ਸੀ ਜਿੰਨੇ ਇਹ ਪੈਸੇ ਪੰਜਾਬ ਤੋਂ ਪਿਛਲੀ ਵਾਰੀ ਠੱਗ ਕੇ ਲੈ ਕੇ ਗਏ ਇਹ ਚਾਹੁੰਦੇ ਸੀਗੇ ਇਹ ਤਾਂ ਇਹਨਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ ਵੀ ਹਾਂ ਵੀ ਅਸੀਂ ਇਹਦਾ ਕੱਲੀ ਪਾਈ ਦਾ ਹਿਸਾਬ ਕਿਤਾਬ ਦੇਵਾਂਗੇ ਲੇਕਿਨ ਅੱਜ ਇਹ ਤਾਂ ਪਤਾ ਨਹੀਂ ਸਰਕਾਰ ਆਉਣ ਦੇ ਸੁਪਨੇ ਲੈਂਦੇ ਆ ਨਾ ਵੀ ਅਸੀਂ 1,000 rupees ਦੇਵਾਂਗੇ ਵੀ ਅਸੀਂ ਇੰਨਾ ਦੇਵਾਂਗੇ ਅਸੀਂ ਇੰਨਾ ਦੇਵਾਂਗੇ ਬਈ ਉਹ ਤਾਂ ਇਹਨਾਂ ਦਾ ਪਾਰਟੀ ਲੈਵਲ ਦਾ ਹਿਸਾਬ ਸੀਗਾ ਉਹ ਸਾਰੇ NRI ਨੂੰ ਇਹ ਦੇ ਦੇਣ ਸਾਡੇ ਪੰਜਾਬ ਨੂੰ ਦੇ ਦੇਣ ਵੀ ਹਾਂ ਵੀ ਜੋ ਇਹ ਨਹੀਂ ਪੰਜਾਬ ਤੋਂ ਲੈ ਕੇ ਗਏ ਆ ਇਹ ਉੱਥੇ ਤਾਂ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਵਿੱਚ ਇਹ ਪੈਸੇ ਲਾਵਾਂਗੇ
ਤੇ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਪੈਸੇ ਤਾਂ ਲਾਉਣ ਦੀ ਦੂਰ ਦੀ ਗੱਲ ਹੈ ਉਹ ਪੈਸੇ ਗਏ ਕਿੱਥੇ ਨਹੀਂ ਅੱਜ ਤੱਕ ਹਿਸਾਬ ਤੱਕ ਨਹੀਂ ਦਿੱਤਾ ਇਹ ਤਾਂ ਸਰਕਾਰ ਆਉਣ ਦੀ ਗੱਲ ਕਰਦੇ ਆ ਪਾਰਟੀ ਦਾ ਕੰਮ ਸੀ ਔਰ ਅਨਫੋਰਚੂਨੇਟਲੀ ਸਿਸੋਦੀਆ ਜੀ ਕੇਜਰੀਵਾਲ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ ਇਹ ਕੋਈ ਬਹੁਤੀਆਂ ਚੰਗੀਆਂ ਨਹੀਂ ਹੈ ਮੈਂ ਤੁਹਾਡੀ ਮਾਨਸਿਕਤਾ ਨੂੰ ਵੀ ਸਮਝਦਾ ਔਰ ਮੈਂ ਹਮੇਸ਼ਾ ਕਦੀ ਇਹਨਾਂ ਵਿਵਾਦ ਦੇ ਵਿੱਚ ਪੈਂਦਾ ਨਹੀਂ ਹੈ ਠੀਕ ਹੈ ਤੁਸੀਂ ਵੀ ਉੱਥੇ ਕੰਮ ਕਰ ਰਹੇ ਆਪਣਾ ਕਰੋ ਲੇਕਿਨ ਐਟ ਦਾ ਸੇਮ ਟਾਈਮ ਜਦੋਂ ਇਹਨੂੰ ਕੰਪੈਰੀਜ਼ਨ ਕਰਦੇ ਆ ਨਾ ਤੇ ਜਿਹਦੇ ਆਪਣੇ ਘਰ ਦੇ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਪੱਥਰ ਪੁੱਥਰ ਨਹੀਂ ਮਾਰਦੇ ਹੁੰਦੇ ਕਿਉਂਕਿ ਤੁਹਾਡੇ ਤੇ ਕਿਸੇ ਦਾ ਵਿਸ਼ਵਾਸ ਹੀ ਹੈ ਨਹੀਂ ਪੰਜਾਬ ਦੇ ਵਿੱਚ ਤਾਂ ਤੁਸੀਂ ਆਪਣਾ ਇੱਕ ਵੀ ਤੁਹਾਨੂੰ ਪੰਜਾਬ ਨੇ 4 MP ਦਿੱਤੇ ਅਸੈਸ ਕਰਨਾ ਚਾਹੀਦਾ ਪੰਜਾਬ ਨੇ 4 MP ਦਿੱਤੇ ਔਰ ਉਹ ਵੀ ਇੰਟੈਲੀਜੈਂਟ MP ਫੂਲਕਾ ਜੀ ਦਿੱਤੇ ਤੁਹਾਨੂੰ ਧਰਮਵੀਰ ਗਾਂਧੀ ਦਿੱਤੇ ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਸੂਟ ਕੀਤਾ ਹੋਵੇ ਕਿਉਂਕਿ ਪੰਜਾਬ ਤਾਂ ਵੈਸੇ ਬੇਸਿਕਲੀ ਤੁਸੀਂ ਤਾਂ ਪੰਜਾਬ ਦੀ ਉੱਥੇ ਬਹਿ ਕੇ ਸੱਤਾ ਜਿਹੜੀ ਆ ਉਹ ਲੈਣਾ ਚਾਹੁੰਦੇ ਆ ਅਦਰਵਾਈਜ਼ ਤੁਹਾਡਾ ਪੰਜਾਬ ਏਜੰਡਾ ਨਹੀਂ ਹੈ ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ ਕਿਉਂਕਿ ਜਦੋਂ ਤੁਸੀਂ ਹਰਿਆਣਾ ਲੰਘ ਜਾਂਦੇ ਆ ਹੋਰ ਗੱਲ ਕਰਦੇ ਆ ਜਦੋਂ ਤੁਸੀਂ ਹਰਿਆਣੇ ਤੋਂ ਇੱਧਰ ਆ ਜਾਂਦੇ ਆ ਹੋਰ ਗੱਲ ਕਰਦੇ ਆ ਕਿਉਂਕਿ ਇਹ ਠੀਕ ਆ ਵੀ ਤੁਹਾਡਾ ਸਾਈਜ਼ ਜਿਹੜਾ 38 ਦਾ ਆ ਤੁਸੀਂ 42 ਦੀ ਸ਼ਰਟ ਪਾ ਕੇ ਆ ਜਾਂਦੇ ਵੀ ਹਾਂ ਵੀ ਇਹ ਬਹੁਤ ਸ਼ਰੀਫ ਬੰਦਾ ਆ ਏਦਾਂ ਦੀ ਕੋਈ ਗੱਲ ਨਹੀਂ ਹੈ ਔਰ ਏਦਾਂ ਦੀ ਬੇਸਿਕਲੀ ਦੇਖੋ ਹੁਣ ਹੋਇਆ ਕੀ ਆ ਆ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਡੈਫਿਸਿਟ ਆ ਗਿਆ ਲੀਡਰਾਂ ਪ੍ਰਤੀ ਔਰ ਉਹ ਕਿਉਂਕਿ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਮੇਰਾ ਖਿਆਲ ਹੈ ਵੀ ਆਪਾਂ ਕੰਮ ਕਰੀਏ ਇਹਨਾਂ ਚੀਜ਼ਾਂ ਨੂੰ ਰਹਿਣ ਦਈਏ ਇਸ ਡਿਬੇਟ ਦੇ ਵਿੱਚ ਪੈਣ ਨੂੰ ਇਹ ਡਿਬੇਟ ਮੈਨੂੰ ਨਹੀਂ ਲੱਗਦਾ ਕਿਸੇ ਡੈਮੋਕ੍ਰੇਸੀ ਲਈ ਚੰਗੀ ਹੋਵੇ ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਉਹ ਹਮੇਸ਼ਾ ਹੀ ਕਿਉਂਕਿ ਮੈਂ ਤਾਂ ਕੱਲ੍ਹ ਦਿੱਲੀ ਸੀ ਸੱਚੀ ਗੱਲ ਹੈ ਉੱਥੇ ਕੁਛ ਪੱਤਰਕਾਰ ਦੋਸਤ ਮਿਲ ਗਏ ਅਤੇ ਉਹ ਗੱਲਾਂ ਕਰਨ ਲੱਗ ਪਏ ਮੈਂ ਕਿਹਾ ਦੇਖੋ ਜਿਹੜੀ ਤਾਂ BJP ਗੱਲ ਕਰੇ ਉਹ ਤਾਂ ਸਾਰੀ ਦੇਸ਼ ਪ੍ਰੇਮੀ ਆ ਅਤੇ ਜਿਹੜਾ ਕੇਜਰੀਵਾਲ ਸਰਟੀਫਿਕੇਟ ਦੇਵੇ ਉਹ ਸਾਰਾ ਇਮਾਨਦਾਰੀ ਦਾ ਸਰਟੀਫਿਕੇਟ ਆ ਇਹਨਾਂ ਤੋਂ ਇਲਾਵਾ ਕੋਈ ਹੋਰ ਸਰਟੀਫਿਕੇਟ ਹੀ ਹੈ ਨਹੀਂ ਇਹਨਾਂ ਕੋਲੋਂ ਸਾਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਸੋ ਇਸ ਕਰਕੇ ਆਪਾਂ ਸਾਰੇ ਜਣੇ ਇੱਕ ਚੰਗੀ ਡੈਮੋਕ੍ਰੇਸੀ ਵੱਲ ਨੂੰ ਤੁਰੀਏ ਤਾਂ ਕਿ ਆਪਾਂ ਪੰਜਾਬ ਦਾ ਹਿੰਦੁਸਤਾਨ ਦਾ ਕਿਉਂਕਿ ਜੋ ਹਿੰਦੁਸਤਾਨ ਦਾ ਹੋ ਰਿਹਾ ਇਹ ਬਹੁਤੇ ਚੰਗੇ ਡਾਇਰੈਕਸ਼ਨ ਨੂੰ ਨਹੀਂ ਹੈ ਬਹੁਤੇ ਚੰਗੇ ਪਾਸੇ ਨੂੰ ਨਹੀਂ ਹੈ ਇਹਦੇ 'ਤੇ ਆਪਾਂ ਨੂੰ ਖੜ ਕੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ ਥੈਂਕ ਯੂ ਮੈਂ ਤਾਂ ਮੈਨੂੰ ਲੱਗਦਾ ਕਿ ਸਾਰੀਆਂ ਟੀਚਰ ਯੂਨੀਅਨ ਨੂੰ 10-10 ਵਾਰ ਮਿਲਿਆ ਕੁਛ ਮੈਂ ਇਹਦੇ ਤੇ ਵੀ ਗੱਲ ਕਰਨੀ ਚਾਹੁੰਦਾ ਕਿਉਂਕਿ ਕੁਛ ਇਹਨਾਂ ਦੇ ਆਪਸੀ ਕੰਫਲਿਕਟ ਹੈ ਉਹ ਇਸ ਕਰਕੇ ਕੰਫਲਿਕਟ ਆ ਕਿਉਂਕਿ ਸਾਡੀ ਭਰਤੀ ਲਗਭਗ 20,000 ਟੀਚਰ ਦੀ ਇੱਕ 2364 ਹੈ ਇੱਕ 6635 ਆ ਇੱਕ 8893 ਦੀ ਆ ਸੋ ਲਗਭਗ 18-19,000 ਟੀਚਰ ਦੀ ਭਰਤੀ ਹਾਈ ਕੋਰਟ ਦੇ ਵਿੱਚ ਸਟੱਕ ਹੋਈ ਆ ਉਹ ਇਸ ਕਰਕੇ ਹੋਈ ਆ ਕਿ ਕੁਛ ਕੁ ਟੀਚਰਸ ਨੇ ਕੋਰਟ ਦੇ ਵਿੱਚ ਕੇਸਿਸ ਕੀਤੇ ਹੋਏ ਆ ਔਰ ਮੈਂ ਇਨਫੈਕਟ ਤੁਹਾਡੇ ਜ਼ਰੀਏ ਵੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਕਿਉਂਕਿ ਸਾਡੇ ਹੀ ਬੱਚੇ ਆ ਕਿਉਂਕਿ ਟੀਚਰ ਨੇ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਮਾਜ ਨੂੰ ਬਿਲਡਅਪ ਕਰਨਾ ਹੁੰਦਾ ਟੀਚਰ ਪੇਰੈਂਟਸ ਅਤੇ ਟੀਚਰ ਦੋ ਇਹੋ ਜਿਹੇ ਇਨਸਾਨ ਆ ਜਿਨ੍ਹਾਂ ਨੇ ਬੱਚੇ ਨੂੰ ਸ਼ੇਪ ਅਪ ਕਰਨਾ ਹੁੰਦਾ ਮੈਂ ਹਮੇਸ਼ਾ ਇਸ ਗੱਲ ਦੀ ਰਿਸਪੈਕਟ ਕਰਦਾ ਔਰ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਦਾ ਕਿ ਆਪਾਂ ਸਾਰੇ ਜਣੇ ਮੈਂ ਕਿਹਾ ਸੀ ਜਾਂ ਤਾਂ ਇੱਕ ਜਥੇਬੰਦੀ ਬਣਾ ਲਓ ਤੁਹਾਡੇ ਜਿਹੜੇ ਆਪਸੀ ਕਨਫਲਿਕਟ ਆ ਤੁਸੀਂ ਉਹ ਤਾਂ ਸੋਲਵ ਹੁਣ ਮੰਨ ਲਓ ਇੱਕ ਕਹਿੰਦਾ ਵੀ ETT ਚਾਹੀਦਾ ਦੂਜਾ ਕਹਿੰਦਾ ਨਹੀਂ ਚਾਹੀਦਾ ਹੁਣ ਜਿਹੜਾ ਔਰ ਇੱਕ ਗੱਲ ਹੋਰ ਵੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਇੱਕ ਟੀਚਰ ਇੱਕ ਟੈਂਕੀ 'ਤੇ ਚੜਿਆ ਕਿਉਂਕਿ ਮੈਨੂੰ ਬਹੁਤ ਬੰਦਿਆਂ ਨੇ ਕੁਐਸਚਨ ਕੀਤੇ ਮੈਂ ਸਾਰੀ ਡਿਟੇਲ ਪੁੱਛੀ ਉਹਦੇ ਨੰਬਰ 22 ਆ ਇਹਦਾ ਮਤਲਬ ਜਾਂ ਤਾਂ ਸਕੂਲੇ ਕਦੀ ਗਿਆ ਹੀ ਨਹੀਂ ਕੱਲ੍ਹ ਤੇ ਰਿਹਾ ਮੈਂ ਕਦੀ ਵੀ ਇਸ ਗੱਲ ਲਈ ਨਾ ਕਦੀ ਝੁਕਿਆ ਹੀ ਹਾਂ ਨਾ ਕਦੀ ਇਸ ਗੱਲ ਲਈ ਕੰਪਰੋਮਾਈਜ਼ ਹੀ ਕੀਤਾ ਯੈਸ ਜਿਹੜੇ ਬੱਚੇ ਮੈਰਿਟ ਦੇ ਵਿੱਚ ਹੈਗੇ ਆ ਮੈਨੂੰ ਅਫਸੋਸ ਹੁੰਦਾ ਕਿ ਜਦੋਂ ਉਹ ਕਿਤੇ ਧਰਨੇ 'ਤੇ ਬੈਠਦੇ ਆ ਮੈਂ ਤਾਂ ਪਿੱਛੇ ਜਿਹਾ ਵੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਯਾਰ ਆ ਜਾਓ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਲਓ ਲੇਕਿਨ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਕੰਫਲਿਕਟ ਆ ਆਪ ਹੁਣ ਕੋਰਟ ਦੇ ਇਸ਼ੂਜ਼ ਹੈਗੇ ਆ ਜੇ ਸਾਡੀ 19,000 ਦੀ ਭਰਤੀ ਲਗਭਗ ਕੋਰਟ ਦੇ ਵਿੱਚ 31 ਤਰੀਕ ਹੈ ਅੱਛਾ ਇਹਨਾਂ ਨੂੰ ਵੀ ਪਤਾ ਇੱਕ ਸਟੱਕ ਡਾਊਨ ਹੋ ਗਈ ਕਿਉਂਕਿ ਮੈਂ 3 ਦਿਨ AG ਕੋਲ ਆਪ ਖੁਦ ਬਹਿ ਕੇ
एडवोकेट जनरल को खुद बह के मैं क्या भी ये कंटिन्यू इसकी बहस करवानी है और उदे विच एक 29 हुण 29 नवंबर है एक 2 दिसंबर है और इहदे तो अलावा असी लगभग 15,000 जिहड़े टीचर है वह भी भर्ती होर जिहड़ी आ उह डिपार्टमेंट्स नूं लिखी आ क्योंकि ये ठीक है समा थोड़ा बट एट द सेम टाइम सरकार वालों कोई यहोजी समस्या नहीं है लेकिन सोल्यूशन यस सोल्यूशन नूं टाइम लगता क्योंकि पहले क्या पे पता नहीं कोड ऑफ कंडक्ट लग गया पता नहीं की हो गया आई एम वेरी पॉजिटिव साढ़े चीफ मिनिस्टर बहुत पॉजिटिव है कि हाँ बई असी इनू सॉल्व करना क्योंकि मैनू यह लगता हूँ जो चार सड़क घट भी बन जाएगी कुछ नहीं लेकिन जे साड़ी आने वाली पीढ़ी जे उन्हूं असी समय का हानि बना सके बेहतरी लिए काम कर सकती है अपनी बेहतरी लिए कर सकती है पंजाब की बेहतरी लिए काम कर सकती है टीचर जिहड़ा वह जिन्ना कंफर्ट होगा कंफर्टेबल लैवल दे विच जाऊगा उन्ना ही वह बेहतर काम कर सकेगा उन्ना ही साढ़े बच्चे जिहड़े आ और उहदे लई सानू समय का हानि बनाउणा वह बहुत वड्डा चैलेंज हैगा और उहदे लई असीं काम कर रहे हैं ताकि आने वाले समय च साडी इह समस्या उहदी इंपलॉयबिलिटी मैं तुहाडे नाल ईवन हायर एजुकेशन की गल भी कर सकता क्योंकि मैं सारे जिन्हें वाइस चांसलर हैगे ईवन प्राइवेट यूनीवर्सिटीज के सरकारी यूनीवर्सिटीज के साड़ी जिहड़ी इंपलॉयबिलिटी आ 10-12% आ मैं कहा इहदा मतलब कि साड़ी एजुकेशन सिस्टम के किते ना किते गैप हैगा क्योंकि मैं इंडस्ट्रियलिस्ट भी सदे सी इंडस्ट्रियलिस्ट कहिंदे सानू बच्चा नहीं मिलता काम कर ली बच्चा कहिंदा मैनू नौकरी नहीं मिलती इहदा मतलब किते ना किते गैप हैगा मैं कहा लेट अस सिट टूगैदर सारे एक्सपर्ट्स बुला लो क्योंकि जो कुछ सानू बाहरों भी हायर करना पैंदा वी हैव टू थिंक ऑन दोज लाइन मैं साडे पूरी कैबिनेट नूं भी कहा मैं कहा यार आपां बाकी चीजां भावें घट कर लईए लेकिन यह इशू जिहड़ा बच्चों नूं पढ़ाउण दा इशू आ जे असीं उहनां नूं इंपलॉयबिलिटी तक लै गए जे उहनां नूं समय का हानि बना लिया और उहदे चैलेंजेस हैगे इहदे च कोई शक वाली गल नहीं क्योंकि साडे सरकारी सिस्टम च कई कमजोरियां भी हैगियां प्राइवेट सैक्टर कॉस्टली बहुत है साडियां जिहड़ियां चैरिटेबल इंस्टीट्यूशन आ उहनां ते भी कई तरह के प्रैशर हैगे आ चैलेंजेस भी हैगे आ लेकिन इहनूं एक लड़ी दे विच परो के पंजाब का बच्चा तो पंजाब का ही है ना उहनूं अगे लैके जाणा उहदे लई देखो समा चाहीदा मैं नहीं कहिंदा ओवरनाइट हुंदा क्योंकि कई बार हुण स्पोर्ट्स की कई बार गल आउंदी आ आ जिहड़े हुण साडे आ बच्चे मैडल लैके आए आ इह 2005 का पहला बैच है जिहड़े असीं इहनां नूं ठीक एज ग्रुप दे विच ठीक ट्रेनिंग दे के तो यह 11 बच्चे जो पंजाब के हिंदुस्तान की टीम के मैडल लैके आए हैं ये बेसिकली लोंग टर्म की गल है एजुकेशन भी लोंग टर्म की गल है और स्पोर्ट्स भी जी लोंग टर्म की गल है वो इस करके मैं एक तुहानू सारे नूं ये रिक्वेस्ट करता क्योंकि ये सारिया चीज़ा जीडिया क्योंकि मैं नहीं चाहता कि ये बच्चे कभी भी मेरे का मेरे जेडे 10 बारी आए मैं 10 बारी मिल लिया जेडे 20 बारी आए मैं 20 वारी मिल लिया मैं क्या यार मैनू कम कर दौ 35 दिन होए 36 दिन होए सो जिहड़ियां जिहड़ियां चीज़ां सॉर्ट आउट हो रही असीं सॉर्ट आउट कर रहे हैं जिहड़ियां इन्हां दे आपसी कॉन्फ्लिक्ट आ उन्हां नूं बिठा के कोशिश कर रहे हैं क्योंकि एंड ऑफ द डे एक कहिंदा जी 42 साल उम्र होनी चाहिए आ एक कहिंदा जी रेगूलर उम्र होनी चाहिए आ साढ़े कॉलेजेस दे जिहड़े लैक्चरर आ पिछले 22 साल किसी ने लैक्चरर नहीं भर्ती नहीं किया क्यों नहीं किया क्योंकि उहदे विच इंटरव्यू दे 20 नंबर सी 20 नंबर सच्ची गल आ वह कितने ना कितने इनफ्लूएंस भी होंगे सी ते वह करप्शन भी सी मैं वह 20 दे 20 कर दते मैं कहना जिहड़ा मैरिट ते आजूगा उहनूं मैनूं लगता कि असी 2-3-4 तरीक तक अनलैस अदरवाइज कोई कोर्ट की कोई इदां दी डायरेक्शन ना हुई क्योंकि 20 साल 22 साल दे विच क्योंकि मैनूं लगता कि सानूं उहदे ते काम करन दी जरूरत आ साडे कॉलेजेस जिहड़े आ उहनां नूं समय दा हाणी बनाउणा टीचर्स की अपग्रेडेशन करनी सो इट इज़ वैरी इंपॉर्टेंट एंड वैरी डिफिकल्ट ऑलसो क्योंकि इहनूं सानूं इधर नूं सोचण की जरूरत है मैं तो तुहानूं रादर रिक्वेस्ट करूँगा कि इहनां भी जथेबंदियां ना जे कितें तुहानूं भी कितें चांस मिलता क्योंकि अल्टीमेटली जदों कैमरा आउंदा ना फिर कितें बहुता ज़्यादा इह एग्रैसिव भी हो जाते हैं इहनां देखो मैं तुहाडी हाजरी च बहिण नूं तैयार है कोई रौला ही नहीं है मैं तो बेसिकली देखो तुसीं डेमोक्रेसी का चौथा पिलर हो मैं तुहाडी हाजरी च बहिण नूं तैयार है कि आ जाओ यार डिस्कस कर लईए उहदे चों चंगी चीज़ कढ लईए ते नैगेटिविटी दे विचों तां कुछ नहीं निकलूगा क्योंकि जे काम नहीं करन देणगे जे समा नहीं मैं तां एक दिन मीटिंग भी जे करदा ते रात नूं करदा रात नूं भी 7 बजे बैठ के अच्छा नहीं तां फिर ओह सारी दिहाड़ी ओह ही मेल मिलाप वाला काम रहिंदा सो इस करके तुसीं कल आ रहे हैं नहीं कोई नहीं डेमोक्रेसी दे विच केजरीवाल दा काम इह आ कि
क्योंकि जो 22 करोड़ का इनहांस करके 600 करोड़ ले लिया, वो 600 करोड़ पबलिसिटी का ही आ। मोदी जी का भी यही काम आ। एदों वध काम कर लीए आप, काम करके जिहड़ियां समस्यावां कुछ सल्यूशन कढ लीए, क्योंकि कभी यह गल नहीं करते जिते कि पाकिस्तान की गल कर लैणगे, कभी यह नवजोत सिद्धू की गल कर लेंगे। मैं तो नवजोत सिद्धू सच्ची गल है दोनों इकट्ठे से जो पाकिस्तान गए हैं, उत्थे कोई गल ही नहीं हुई, लेकिन इन्होंने कहता भी बई वो बड़ा बाई कहा बई जदों मोदी जी जाते हैं और अनइनवाइटेड जाते हैं, नवाज शरीफ के ब्रेकफास्ट से चले गए जिदन उन्होंने बर्थडे से, अच्छा उधर वो सारा कुछ ठीक है। अनफॉर्चुनेटली देखो तुम भी गुस्सा ना करो, जो सैक्शन ऑफ मीडिया ना जिन्होंने मोदी मीडिया कहते भी कितना कितना योजा रोल बहुत प्ले करता। पंजाब असी बहुत लकी हाँ भी जेडे पंजाब सारे जने इंडिपेंडेंट गल करते हैं, ईवन के मैं तो पीटर नूं भी कहना हूं चलो भावे सिर्फ आपां सुन लई ला दांगे कि कम लई समा तां चाहिए है। मैं तो यही रिक्वेस्ट की, मैं यार एक बार ही बह जाओ, भावे 5 घंटे बह जाओ, 5 घंटे तुहाडी प्रेजेंस दे विच बैठन नूं मैं तैयार हां। बिलकुल नहीं टच कर, असी तो ईवन उत्थे नहीं भेज रहे जिथे वो ऑलरेडी काम करते हैं, क्योंकि स्कोप ऑफ वर्क जिहड़ा आ बहुत हैगा, उन्हां दी जॉब नूं कोई खतरा नहीं, कोई खतरा नहीं, मान लो हम डॉक्टर है कि जितना भी उसका एक्सपीरियंस हो जाऊगा उतना ठीक रहूगा, क्योंकि असी तो जो मैरिट की गल कर रहे हैं मैरिट पर कभी कंप्रोमाइज नहीं करता, इसे करके मैं ज़्यादा लूज गल्ला रखता हूँ, इस करके रखता हूँ कि कितने ना कि चंगे बंदे वो जगह नहीं किन्नी गल सर जो पंजवीं अठवीं के बच्चे है सरकारी स्कूलों के रजिस्ट्रेशन जिन्होंने नहीं कराई केजरीवाल मोदी कर सकते इस पार्टी की, मैं भी तुम दसदा मैं भी लड़िया ही हाँ, मैं कहना नहीं लड़िया, मैं हूँ भी कई लड़ पा, पर इस करके लड़ना भी इशूज की गल है, ये कभी डेमो देखो इंटरनल डेमोक्रेसी की आ, सारे जने बह जाते हैं गल जी चंकी है वो सुन लीजिए, जी साढ़े वाली चंकी है वो सुन लीजिए, अच्छा जी नवजोत सिंह सिद्धू जो इशूज की गल करता तो फिर एड्डी कोई गल नहीं है, इंटरनल डेमोक्रेसी हैगी अपना कह नजरिया है, सो मैं लगता कि ਇਹਦੇ ਲਈ ਸਾਨੂੰ ਸੁਹਿਰਦ ਵੀ ਹੋਰ ਵੱਧ ਸੁਹਿਰਦ ਹੋ ਕੇ ਗਾਹ ਤੋਂ ਦੀ ਸਰਕਾਰ ਧਰਦੀ ਹੈ ਨਾ ਪੁੱਕੜ ਧਾਲ ਦੇ ਬੈਠਣ ਦੀ ਗੱਲ ਤੇ ਨਹੀਂ, ਉਹ ਤਾਂ ਪਹਿਲਾਂ ਵਾਲੀ ਦੇਖੋ ਗੱਲ ਇਹ ਆ ਕਿ ਵਿੱਚ ਕੋਰਟਸ ਦਾ ਇਸ਼ੂ ਹੁੰਦੀ ਹੈ, ਕਿਉਂਕਿ ਇਕੱਲੀ ਸਰਕਾਰ ਦੀ ਗੱਲ ਨਹੀਂ ਹੈ। ਹੁਣ ਮੰਨ ਲਓ ਮੈਂ ਟੀਚਰਸ ਨੂੰ ਭਰਤੀ ਕਰਨਾ ਚਾਹੁੰਦਾ, ਲੇਕਿਨ ਇੱਕ ਕੋਰਟ ਦੀ ਐਪਲੀਕੇਸ਼ਨ ਨੇ ਸਾਡੀ 18,000 ਟੀਚਰ ਦੀ ਭਰਤੀ ਹੋਲਡ ਕੀਤੀ ਹੋਈ ਹੈ,
ਹੁਣ ਜਿਹੜੀ ਗੱਲ ਕੋਰਟ ਦੀ ਆ ਉਹਦੇ ਤੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ, ਲੇਕਿਨ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਐਜ਼ ਅ ਗਵਰਨਮੈਂਟ ਆਈ ਹੈਵ ਟੂ ਫੁਲਫਿਲ ਦੈਟ। ਅੱਛਾ ਇੱਕ 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 ਦੱਸ ਦਿਓ ਕਿ ਜਿਹੜੀਆਂ ਭਰਤੀਆਂ ਨੇ ਨਵੀਆਂ ਥੋੜ੍ਹਾ ਅਸੀਂ ਬਾਈਕ ਰਿਕਾਰਡ ਕਰ ਲਾਂਗੇ, ਕਦੋਂ ਤੱਕ ਨਵੀਆਂ ਜਿਹੜੀਆਂ ਤੁਸੀਂ ਦੱਸ ਦਿਓ ਕਿ ਕਲੀਅਰ ਕਰ ਦਿਓ ਕਦੋਂ ਤੱਕ। ਮੈਨੂੰ ਤਾਂ ਜੇ ਇਹ 38 ਤਰੀਕ ਨੂੰ ਤੇ 2 ਦਸੰਬਰ ਨੂੰ ਹੀ ਅਲੋਕ ਕਰ ਦੇਣਗੇ, ਕਿਉਂਕਿ 8393 ਜਿਹੜੀ ਆ ਉਹਨਾਂ ਨੇ, ਕਿਉਂਕਿ ਅਸੀਂ 28 ਤਰੀਕ ਨੂੰ ਐਗਜ਼ਾਮ ਰੱਖਿਆ ਸੀ, ਉਹਨਾਂ ਨੇ 29 ਤਰੀਕ ਕੋਰਟ ਨੇ ਪਾ ਦਿੱਤੀ ਵੀ ਤੁਸੀਂ 29 ਤਰੀਕ ਤੱਕ ਹੋਲਡ ਕਰੋ। ਸੋ ਵੀ ਆਰ ਰੈਡੀ ਕਿ ਉਹਨਾਂ ਦੇ ਐਗਜ਼ਾਮ ਹੋ ਜਾਣ, ਅਸੀਂ ਵਿਦ ਇਨ 1 ਵੀਕ ਅਸੀਂ ਉਹਨਾਂ ਦੇ, ਕਿਉਂਕਿ ਅਸੀਂ ਸਾਰਾ ਕੁਛ ਉਹਦੇ ਵਿੱਚੋਂ ਜਿਹੜਾ ਇੰਟਰਵਿਊ ਵਾਲਾ ਪਾਰਟ ਆ ਉਹ ਬਿਲਕੁਲ ਕੱਢ ਦਿੱਤਾ, ਇਸ ਕਰਕੇ ਕੱਢਤਾ ਕਿ ਉਹਦੇ 'ਤੇ ਇਲਜ਼ਾਮ ਵੀ ਲੱਗਦੇ ਆ, ਕਾਊਂਟਰ ਐਲੀਗੇਸ਼ਨ ਲੱਗਦੇ ਆ, ਕਿੰਨਾ ਕੁਛ ਹੋ ਗਿਆ। ਸੋ ਮੈਨੂੰ ਲੱਗਦਾ ਕਿ ਅਸੀਂ ਉਹ 10 ਦਸੰਬਰ ਤੱਕ ਜਿਹੜਾ ਉਹ ਸੋਲਵ ਕਰ ਲਾਂਗੇ, ਔਰ ਉਹਦੇ ਤੋਂ ਇਲਾਵਾ ਵੀ ਅਸੀਂ 15,000 ਦੇ ਕਰੀਬ, ਕਿਉਂਕਿ 1180 ਇੱਕ ਹੈ ਅਤੇ ਲਗਭਗ 2,500 ਤੋਂ 3,000, ਕਿਉਂਕਿ ਮੈਂ ਤਾਂ 31 ਮਾਰਚ 2022 ਤੱਕ ਦੀਆਂ ਜਿੰਨੀਆਂ ਵੀ ਸਾਡੀਆਂ ਵੈਕੈਂਸੀਜ਼ ਹੈ ਉਹ ਮੈਂ ਕੱਢ ਕੇ ਉਹ ਕੈਬਨਿਟ ਕੋਲ ਲੈ ਗਿਆ ਵੀ ਤਾਂ ਕਿ ਸਾਨੂੰ ਆਹ ਵੀ ਅਲਾਅ ਕਰੋ ਸਾਡਾ, ਤਾਂ ਕਿ ਕਿਸੇ ਕਿਸਮ ਦਾ ਵੀ ਜਿਹੜਾ ਇਹਦੇ ਵਿੱਚ ਬੈਕਲੌਗ ਨਾ ਰਹੇ। ਕਾਲਜਾਂ ਦੀ ਗੱਲ ਕਰ ਰਹੇ ਤੁਸੀਂ, ਸਕੂਲਾਂ ਦਾ ਕੀ? ਮੈਂ ਸਕੂਲਾਂ ਦੀ ਗੱਲ ਕਰ ਰਿਹਾ, ਕਾਲਜਾਂ ਦੀ ਜਿਹੜੀ 1100 ਲੈਕਚਰ ਦੀ 15 ਦਸੰਬਰ ਤੱਕ 83-93 ਦੀ ਕਹਿ ਰਹੇ ਤੁਸੀਂ ਭਰਤੀ ਹੋਈ? ਮੈਂ ਤਾਂ ਕਹਿੰਦਾ ਜੇ ਮੈਨੂੰ 29 ਤਰੀਕ ਨੂੰ ਅਲਾਅ ਕਰ ਦੇਣਗੇ ਤਾਂ ਮੈਂ 10-12 ਦਸੰਬਰ ਤੱਕ। ਸਰ 26-11 ਦਾ ਅਟੈਕ ਹੋਇਆ ਸੀਗਾ, ਪਾਕਿਸਤਾਨ